ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ ਅਤੇ ਮੈਂ ਸਿੱਖੀ ਅਤੇ ਕ੍ਰਿਸਚੈਨਿਟੀ ਦਾ ਪ੍ਰਚਾਰ ਕਰਦਾ ਹੈਗਾ ਅਤੇ ਇਸ ਕਲਯੁੱਗ ਦਾ ਪਹਿਲਾ ਅਵਤਾਰ ਜਿਹੜੇ ਸੀਗੇ ਉਹ ਸੀਗੇ ਆਪਣੇ ਸਤਿਗੁਰੂ ਜੀਜ਼ਸ ਕ੍ਰਾਈਸਟ ਨੂੰ ਅੰਗਰੇਜ਼ੀ 'ਚ ਸਤਿਗੁਰੂ ਕਹੀਦਾ ਹੈਗਾ। ਸਤਿਗੁਰੂ ਜਿਹੜਾ ਹੁੰਦਾ ਉਹ ਸੱਤ ਦਾ ਉਪਦੇਸ਼ ਦਿੰਦਾ ਹੈਗਾ, ਉਹ ਬ੍ਰਾਹਮਣ ਗੁਰੂ ਵਾਂਗ ਦੁਨਿਆਵੀ ਉਪਦੇਸ਼ ਨਹੀਂ ਦਿੰਦੇ, ਉਹ ਰੂਹ ਨੂੰ ਦਿੰਦੇ ਨੇ, ਤੁਹਾਡੇ ਮਨ ਨੂੰ ਦਿੰਦੇ ਉਪਦੇਸ਼। ਜਿਹੜਾ ਬ੍ਰਾਹਮਣ ਹੁੰਦਾ ਉਹ ਤਨ ਨੂੰ ਦਿੰਦਾ ਹੈਗਾ ਅਤੇ ਇਸ ਕਰਕੇ ਬ੍ਰਾਹਮਣ ਦੀ ਜਿਹੜੀ ਸਿਕਸ਼ਾ ਹੈਗੀ ਉਹ ਹੈਗਾ ਗੁਰੂ, ਬ੍ਰਾਹਮਣ ਗੁਰੂ ਹੁੰਦਾ ਹੈਗਾ ਜਗਤ ਕਾ ਭਗਤਨ ਕਾ ਨਾਹੀ, ਅਤੇ ਭਗਤਨ ਦਾ ਹੁੰਦਾ ਹੈ ਸਤਿਗੁਰੂ ਹੁੰਦਾ ਹੈਗਾ ਅੰਦਰ ਬੈਠਾ ਦਿੱਲੀ 'ਚ। ਜਿੰਨਾ ਚਿਰ ਸਤਿਗੁਰੂ ਦਾ ਵਾਸਾ ਨਾ ਹੋਵੇ ਦਿੱਲੀ 'ਚ ਉਹਨਾਂ 'ਚ ਬਾਣੀ ਨਹੀਂ ਕੋਈ ਉਚਾਰ ਸਕਦਾ ਅਤੇ ਨਾ ਸਮਝ ਸਕਦਾ ਹੈਗਾ। ਅਤੇ ਇਹ ਜਿਹੜੇ ਹੈਗੇ ਨੇ ਲੋਕ ਅੱਜ ਕੱਲ੍ਹ ਸ਼ਕਲਾਂ ਦੇ ਬਣੀ ਜਾਂਦੇ ਸਿੱਖ, ਦਾੜੀ ਰੱਖ ਲਈ ਅਤੇ ਮੁੱਛਾਂ ਅਤੇ ਪੱਗ ਬੰਨ ਲਈ, ਉਹਦੇ ਨਾਲ ਜੀ ਮੈਂ ਹੁਣ ਸਿੱਖ ਹੈਗਾ ਜੀ। ਸਿੱਖ ਇੱਦਾਂ ਥੋੜ੍ਹਾ ਬਣਦਾ ਹੈਗਾ, ਇਹਦਾ ਹੈਗਾ ਝੂਠਾ ਸਿੱਖ। ਝੂਠੇ ਸਿੱਖ ਨੂੰ ਜੁੱਤੀਆਂ ਪਈਆਂ ਉੱਥੇ ਦਿੱਲੀ 'ਚ ਚੰਗੀਆਂ ਅਤੇ ਫਿਰ ਵੀ ਨਹੀਂ ਅਕਲ ਆਈ। ਪਾਕਿਸਤਾਨ ਬਣਿਆ ਉਦੋਂ ਜੁੱਤੀਆਂ ਪਈਆਂ, ਕਿਉਂ? ਉਦੋਂ ਜਦੋਂ ਇਹ ਕਹਿੰਦੇ ਸੀ ਸਿੱਖ ਕੌਮ, ਲਾਲਾ ਤਾਰਾ ਸਿੰਘ ਮਲਹੋਤਰਾ ਖੱਤਰੀ ਉਹਨੇ ਮਗਰ ਲਾ ਲਿਆ ਸੀਗੇ, ਜਿਹੜਾ ਕਿ ਮਾਸਟਰ ਆਪਣੇ ਆਪ ਨੂੰ ਖਿਲਾਉਂਦਾ। ਇਹ ਸ਼ੈਤਾਨ ਜਿਹੜੇ ਖੱਤਰੀਆਂ ਦਾ ਯੁੱਗ ਹੈਗਾ, ਸ਼ੈਤਾਨ ਆਪਣੀ ਜਿਹੜੀ ਜਾਤ ਹੈਗੀ ਉਹ ਨਹੀਂ ਦੱਸਦੇ। ਜਿੱਦਾਂ ਹੈਗਾ ਵੀ ਚੰਦੂ ਦੀ, ਜਿਹਨੇ ਆਪਣੇ ਸਤਿਗੁਰੂ ਅਰਜਨ ਦੇਵ ਜੀ ਨੂੰ ਮਾਰਿਆ ਸੀ, ਉਹਦੀ ਜਿਹੜਾ ਨਾ ਆਪਣੇ ਸਰਨੇਮ ਜਾਂ ਉਹਦਾ ਗੋਤ ਉਹ ਕੋਈ ਨਹੀਂ ਖੱਤਰੀ ਦੱਸਦਾ। ਅਤੇ ਦੂਆ ਸੁੱਚਾਨੰਦ ਤਾਂ ਸੀਗਾ ਪੂਰੀ ਖੱਤਰੀ, ਅਤੇ ਹਰਭਜਨ ਜੋਗੀ ਜਿਹੜਾ ਸੀਗਾ ਅਮੈਰੀਕਾ ਦਾ ਉਹ ਵੀ ਪੂਰੀ ਖੱਤਰੀ ਸੀਗਾ। ਅਤੇ ਖੱਤਰੀ ਬਹੁਤ ਸ਼ੈਤਾਨ ਹੈਗੇ ਨੇ, ਇਹਨਾਂ ਨਾਲੋਂ ਜਿਹੜਾ ਸ਼ੈਤਾਨ ਦੁਨੀਆਂ 'ਚ ਕੋਈ ਨਹੀਂ ਮਿਲਣਾ ਤੁਹਾਨੂੰ। ਅਤੇ ਜਿਹੜੇ ਹੈਗੇ ਸੀ ਮਿਡਲ ਈਸਟ ਦੇ ਜਿਹੜੇ ਹੈਗੇ ਨੇ ਜੂਡਾ ਟ੍ਰਾਈਬ ਦੇ ਲੋਕ ਹੈਗੇ ਨੇ ਜਿਹੜੇ ਕਿ ਸ਼ੈਤਾਨ ਹੈਗੇ ਨੇ, ਪਰ ਉਹ ਪ੍ਰਿੰਸ ਹੈਗੇ ਸ਼ਹਿਜ਼ਾਦੇ, ਸ਼ਹਿਜ਼ਾਦੇ ਮਤਲਬ ਬੱਚੇ ਆਪਣੇ ਤਾਂ ਜਿਹੜੇ ਹੈਗੇ ਨਾ, ਜਿੱਥੇ ਸ਼ਹਿਜ਼ਾਦੇ ਉੱਥੇ ਕਿੰਗ ਵੀ ਅਤੇ ਐਂਪਰਰ ਵੀ ਹੁੰਦਾ। ਆਪਣੇ ਜਿਹੜੇ ਹੈਗੇ ਨੇ ਕਿੰਗ ਅਤੇ ਐਂਪਰਰ ਹੈਗੇ ਨੇ। ਕਿੰਗ ਤਾਂ ਹੈਗੇ ਪੰਜਾਬ ਵਿੱਚ, ਜਿੱਦਾਂ ਪ੍ਰਿਥੀ ਚੰਦ ਸੀਗਾ ਜਿਹੜਾ ਸਤਿਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀਗਾ। ਸਤਿਗੁਰੂ ਅਰਜਨ ਦੇਵ ਜੀ ਤਾਂ ਗਹਿਣੇ ਵੇਚ ਕੇ ਲੰਗਰ ਚੜਾਉਣ, ਉਹ ਜਦੋਂ ਲੋਕਾਂ ਨੇ ਛੱਕ ਲੈਣਾ ਫਿਰ ਅੱਗੇ ਉਹਦੇ ਠੂਠਾ ਲੈ ਕੇ ਮੂਹਰੇ ਉਗਰਾਹੀ ਕਰਕੇ ਤਾਂ ਸਾਰੀ ਆਪਣੇ ਘਰ ਲੈ ਜਾਣੀ। ਇਹਦੇ ਨਾਲ ਵੀ ਕੋਈ ਬੇਸ਼ਰਮ ਆਦਮੀ ਹੋਇਆ, ਇਹ ਉਦੋਂ ਦੀ ਗੱਲ ਹੈਗੀ। ਅਤੇ ਅੱਜ ਕੱਲ੍ਹ ਵੀ ਖੱਤਰੀ ਜਿਹੜੇ ਹੈਗੇ ਨੇ ਇਹ ਬੜੇ ਬੇਸ਼ਰਮ ਹੈਗੇ ਨੇ, ਅਤੇ ਇਹਨਾਂ ਦੇ ਕੋਈ ਨਹੀਂ ਹੈਗਾ। ਇਹਨਾਂ ਦਾ ਜਿਹੜਾ ਹੈਗਾ ਨਾ ਇਮਾਨ ਜਾਂ ਇਹਨਾਂ ਦਾ ਰੱਬ ਹੈਗਾ ਉਹ ਪੈਸਾ ਹੈਗਾ, ਪਰ ਹੁਣ ਪੈਸਾ ਜਿਹੜਾ ਹੈਗਾ ਨਾ ਇਹ ਹੈਗੀ ਨਾਗਨੀ, ਇਹਨੇ ਹੁਣ ਡੰਗਣਾ ਹੈਗਾ, ਇਹਨਾਂ ਨੂੰ ਡੰਗ ਕੇ ਇਹਨਾਂ ਨੂੰ ਮਾਰਨਾ ਹੈਗਾ। ਕਿੱਦਾਂ ਮਾਰਨਗੇ? ਹੁਣ ਜਦੋਂ ਇਹ ਮਿਸਾਲ ਤੁਸੀਂ ਲੈ ਲਓ, ਜਿਹੜੇ ਤੇ ਮਿਡਲ ਈਸਟ ਦੇ ਸ਼ੈਤਾਨ ਹੈਗੇ ਨਾ ਜੀਵ, ਉਹ ਇੰਨੇ ਸ਼ੈਤਾਨ ਨਹੀਂ ਜਿੰਨੇ ਖੱਤਰੀ ਹੈਗੇ ਨੇ। ਉਹ ਇਹ ਮਿਡਲ ਈਸਟ ਦੇ ਜੀਵ ਇੰਨੇ ਪੈਸੇ ਦੇ ਯਾਰ ਨਹੀਂ ਹੈਗੇ ਜਿੰਨੇ ਖੱਤਰੀ। ਜੂਡਾ ਅਸਕੈਰੀਓਟ ਨੇ ਜੀਜ਼ਸ ਨੂੰ ਧੋਖਾ ਦਿੱਤਾ ਸੀ 30 ਸਿੱਕੇ ਲੈ ਕੇ ਨਾ, ਜਦੋਂ ਉਹਨੇ ਮਾਰ ਦਿੱਤਾ ਜੀਜ਼ਸ ਨੂੰ ਉਦੋਂ 30 ਸਿੱਕੇ ਬਣ ਗਏ ਸੀ ਬਲੱਡ ਮਨੀ। ਜਦੋਂ ਬਲੱਡ ਮਨੀ ਬਣ ਗਈ ਤਾਂ ਉਹ ਕਹਿੰਦਾ ਉੱਥੇ ਜਾ ਕੇ ਟੈਂਪਲ, ਕਹਿੰਦਾ ਇਹ ਨਹੀਂ ਮੈਂ ਲੈਣੀ, ਇਹ ਤਾਂ ਹੁਣ ਤੁਸੀਂ ਮਾਰ ਦਿੱਤਾ ਆਦਮੀ, ਇਹ ਤਾਂ ਬਲੱਡ ਮਨੀ ਬਣ ਗਈ। ਉਹ ਕਹਿੰਦੇ ਸਾਡੇ ਗੱਲੇ 'ਚ ਹੁਣ ਨਿਕਲ ਗਈ, ਜੇ ਅਸੀਂ ਬਲੱਡ ਮਨੀ ਨਹੀਂ ਪਾਉਣੀ ਗੱਲੇ 'ਚ, ਇਹ ਤੂੰ ਜਾਣੇ ਤਾਂ ਤੇਰਾ ਕੰਮ ਜਾਣੇ। ਉਹ ਫਿਰ ਚੱਕ ਕੇ ਮਾਰੀ 30 ਸਿੱਕੇ ਅਤੇ ਉੱਥੇ ਛਿਟਕ ਕੇ ਤਾਂ ਆਪ ਖੁਦਕਸ਼ੀ ਕਰਕੇ ਮਰ ਗਿਆ, ਕਿਸੇ ਨੇ ਉਹਨੂੰ ਮਾਰਿਆ ਨਹੀਂ ਹੈਗਾ। ਉਹਦੇ ਮੁਕਾਬਲੇ 'ਤੇ ਲੈ ਲਓ ਤੁਸੀਂ ਪ੍ਰਿਥੀ ਚੰਦ ਜਾਂ ਹੋਰ ਖੱਤਰੀ ਲੈ ਲਓ, ਕਿੱਦਾਂ ਸ਼ੈਤਾਨ ਇਹ ਲਾਲਚੀ ਅਤੇ ਇਹ ਲੁੱਟਦੇ ਰਹੇ ਨੇ ਆਪਣੇ ਗੁਰਮੁਖਾਂ ਨੂੰ। ਹੁਣ ਜਿਹੜੇ ਗੁਰਮੁਖ ਹੈਗੇ ਨੇ ਉਹ ਪੈਸੇ ਦਾ ਨਹੀਂ ਕਰਦੇ ਵਿਚਾਰ, ਪੈਸਾ ਤਾਂ ਉਹਨਾਂ ਦੇ ਹੱਥ ਦੀ ਮੈਲ ਕਹਿੰਦੇ ਹੈਗੀ, ਅਤੇ ਇਸ ਕਰਕੇ ਉਹ ਹੈਗੇ ਨੇ ਵੀ ਰੋਟੀ ਪਰਮਾਤਮਾ ਦੇਈ ਜਾਂਦਾ ਹੈਗਾ ਅਤੇ ਉਹ ਬਹੁਤ ਹੈਗੀ ਉਹਨਾਂ ਲਈ। ਅਤੇ ਇਹ ਪ੍ਰਿਥੀ ਚੰਦ ਵਗੈਰਾ ਖੱਤਰੀਆਂ ਨੇ ਖੂਬ ਜੱਟਾਂ ਅਤੇ ਜ਼ਿਮੀਦਾਰਾਂ ਨੂੰ ਲੁੱਟਿਆ। ਇੱਥੇ ਤਾਂ ਹੀ ਹੁੰਦਾ ਸੀ ਕਿ ਜਦੋਂ ਪਾਕਿਸਤਾਨ ਬਣਿਆ ਹੈਗਾ, ਇਹ ਜਿਹੜੇ ਕਰਤਾਰਪੁਰ ਵਾਲੇ ਹੈਗੇ ਨਾ ਆਪਣੇ ਬੀੜ
ਜਿਹੜੀ ਕਿ ਉਹਨਾਂ ਨੇ ਬਹੁਤ ਸਾਰੀ ਉਲੱਦ ਪਲੱਦ ਕੀਤਾ ਉਹਦੇ 'ਚ ਗਲਤੀਆਂ ਅਤੇ ਸਫ਼ੇ 300 ਸਫ਼ੇ 'ਚ ਉੱਥੇ ਮਿਟੇ ਹੋਏ ਨੇ ਕਰਤਾਰਪੁਰੀ ਬੀੜ 'ਚ। ਇਹ ਜਿਹੜੀ ਬੀੜ ਪੜ੍ਹਦੇ ਆ ਤੁਸੀਂ ਗੁਰਦੁਆਰਿਆਂ 'ਚ ਅੱਤ ਖਾਰੀ ਹੈਗੀ, ਸੁੱਚੀ ਜਿਹੜੀ ਬੀੜ ਹੁੰਦੀ ਇਹ ਹੈਗੀ ਤੁਰਕੀ ਬਾਣੀ। ਤੁਰਕੀ ਬਾਣੀ ਲਿਖੀ ਨਹੀਂ ਜਾਂਦੀ, ਜਦੋਂ ਸਤਿਗੁਰੂ ਅਰਜਨ ਦੇਵ ਜੀ ਨੇ ਲਿਖੀ ਸੀਗੀ ਉਦੋਂ ਆਪਣੀ ਸੁਪਰਵੀਜ਼ਨ 'ਚ ਲਿਖਵਾਈ ਸੀਗੀ ਅਤੇ ਆਪ ਦਸਖਤ ਕਰਦੇ ਸੀਗੇ ਹਰ ਇੱਕ ਵਰਕੇ 'ਤੇ। ਅਤੇ ਇੱਕ ਜਿਹਨਾਂ ਨੂੰ ਸਿੰਘਾਂ ਸਿੱਖ ਸੋਰੀ ਸਿੱਖਾਂ ਨੂੰ ਸਿੰਘ ਨਹੀਂ ਸੀ ਉਹ, ਜਿਹਨਾਂ ਸਿੱਖਾਂ ਨੂੰ ਘੱਲਿਆ ਸੀ ਜਾਓ ਤੁਸੀਂ ਇਹਦੀ ਜਲਦ ਬਣਵਾ ਲਿਓ, ਉਹ ਕਹਿੰਦੇ ਜੀ ਅਸੀਂ ਫਿਰ ਜਰਾ ਫਿਰ ਤੁਰ ਕੇ ਅਸੀਂ ਜਾਵਾਂਗੇ ਆਪਣੇ ਥੋੜ੍ਹਾ ਜਿਹਾ। ਅਤੇ ਉਹ ਜਾਂਦੇ ਜਾਂਦਿਆਂ ਨੇ ਉਹਨਾਂ ਨੇ ਨਾ ਉਸ ਬੀੜ ਦਾ ਇੱਕ ਹੋਰ ਉਲੱਥਾ ਕਰ ਲਿਆ। ਹੁਣ ਉਹ ਜਿਹੜੇ ਸਿੱਖ ਸੀਗੇ ਉਹ ਬੜੇ ਗੁਰਮੁਖ ਸੀਗੇ, ਉਹਨਾਂ ਨੇ ਜਿਹੜਾ ਉਲੱਥਾ ਕੀਤਾ ਉਹ ਗਲਤੀ ਨਹੀਂ ਹੋਣ ਦਿੱਤੀ ਕੋਈ ਵੀ, ਬੜੀ ਮੁਸ਼ਕਲ, ਪਰ ਫਿਰ ਵੀ ਉਹ ਤੁਰਕੀ ਬਾਣੀ ਨਹੀਂ ਸੀਗੀ ਕਿਉਂ ਉਹ ਜਿਹੜੀ ਆਦਮੀ ਦੀ ਲਿਖੀ ਹੋਈ ਸੀਗੀ, ਉਹ ਉਹਨਾਂ ਨੇ ਸਤਿਗੁਰੂ ਅਰਜਨ ਦੇਵ ਜੀ ਨੇ ਨਹੀਂ ਸੀ ਲਿਖਵਾਈ। ਹੁਣ ਇਹ ਜਿਹੜੇ ਖੱਤਰੀ ਹੈਗੇ ਨੇ ਆਹ ਗ੍ਰੰਥ ਜਿਹੜੇ ਚੱਕੀ ਫਿਰਦੇ ਤੁਸੀਂ ਇਹਦੇ 'ਚ 100 ਬਹੁਤ ਗਲਤੀਆਂ ਹੈਗੀਆਂ ਨੇ। ਅਤੇ ਇਹਨਾਂ ਨੂੰ ਜਿਹੜੇ ਹੈਗੇ ਨੇ ਜਦੋਂ ਲੈ ਕੇ ਆਏ ਸੀ ਨਾ ਬੀੜ ਉਹ ਦੋਨੋਂ ਬਣਾ ਕੇ, ਫਿਰ ਉਹਨਾਂ ਨੇ ਕਿਹਾ ਸੀ ਭਾਈ ਮਾਂਗਟ, ਭਾਈ ਮਾਂਗਟ ਸੀ ਇੱਕ, ਉਹ ਵੀ ਜੱਟ ਹੀ ਹੋਣਾ, ਅਤੇ ਉਹਦੀ ਬੀੜ ਜਦੋਂ ਉਹਨੇ ਕੀਤਾ ਵੀ ਆਹ ਜੇ ਅਸੀਂ ਉਲੱਥਾ ਕੀਤਾ ਹੈਗਾ ਇਹਦਾ ਕਾਪੀ ਕੀਤੀ ਹੈਗੀ ਅਤੇ ਆਹ ਹੈਗੀ ਓਰੀਜਨਲ, ਉਹ ਕਹਿੰਦੇ ਆਹ ਜਿਹੜੀ ਓਰੀਜਨਲ ਹੀ ਹੈਗੀ ਤਾਂ ਮਿੱਠੀ ਬੀੜ ਹੈਗੀ, ਆਹ ਜਿਹੜਾ ਉਲੱਥਾ ਕੀਤਾ ਨਾ ਆਦਮੀ ਨੇ ਕੀਤਾ ਨਾ, ਇਹ ਕੋਈ ਪੁੱਜੇ ਹੋਏ ਨਹੀਂ ਸੀਗੇ ਯਾਨੀ ਕਿ ਬ੍ਰਹਮ ਗਿਆਨੀ ਨਹੀਂ ਸੀਗੇ, ਇਸ ਕਰਕੇ ਇਹ ਹੈਗੀ ਖਾਰੀ ਬੀੜ, ਇਹਨੂੰ ਅੰਨੇ ਪੜ੍ਹਨਗੇ ਮੰਨਦੇ। ਇਹੋ ਹੀ ਗੱਲ ਆ ਜਿਹੜੀਆਂ ਛਾਪੇ ਦੀਆਂ ਤੁਸੀਂ ਬੀੜਾਂ ਹੁਣ ਪੜ੍ਹਦੇ ਹੈ ਇਹਨੂੰ ਬਿਲਕੁਲ ਹੀ ਅੰਨੇ ਲੋਕ ਪੜ੍ਹਦੇ ਨੇ, ਕਲਾਉਂਦੇ ਆਪਣੇ ਆਪ ਨੂੰ ਸਿੱਖ ਹੈਗੇ ਨੇ ਦਾੜੀ ਦੂੜੀ ਰੱਖ ਕੇ, ਜੇ ਉਹਨਾਂ ਨੂੰ ਇਹ ਪੁੱਛੇ ਵੀ ਅਤੇ ਤੁਸੀਂ ਕੀ ਸਿੱਖਿਆ ਹੈਗਾ, ਆਖੇ ਜੀ ਉਹਨੇ ਅਸੀਂ ਸਿੱਖ ਕੌਮ ਬਣਾ ਲਈ ਹੈਗੀ, ਅਤੇ ਜਿਹੜੇ ਹੈਗੇ ਨਾ ਆਪਣੇ ਪਿਓ ਦੀਆਂ ਕੌਮਾਂ ਸੀਗੀਆਂ, ਕੋਈ ਜੱਟ ਸੀਗਾ ਕੋਈ ਤਰਖਾਨ ਸੀ ਲੁਹਾਰ, ਉਹਨੂੰ ਨੂੰ ਦਿੱਤਾ ਜਵਾਬ, ਜਵਾਬ ਦੇ ਕੇ ਸੀ ਤਾਂ ਜੇ ਹੁਣ ਸਿੱਖ ਕੌਮ ਬਣਾ ਕੇ ਨਾ ਅਤੇ ਅਸੀਂ ਹੁਣ ਹਰਾਮ ਦੇ ਬਣ ਗਏ, ਕਦੀ ਕੌਮ ਵੀ ਬਦਲੀ, ਸਿੱਖ ਪੰਥ ਹੈਗਾ ਕੌਮ ਨਹੀਂ ਹੈਗੀ, ਪੰਥ 'ਚ ਕੋਈ ਵੀ ਸ਼ਾਮਿਲ ਹੋ ਸਕਦਾ, ਕੌਮ 'ਚ ਉਹ ਸ਼ਾਮਿਲ ਹੁੰਦਾ ਜਿਹੜਾ ਕੌਮ ਉਸਦੀ ਸੱਟ ਹੋਵੇ, ਜਿੱਦਾਂ ਜੱਟ ਉਹ ਹੁੰਦਾ ਜਿਹੜੇ ਜੱਟ ਦੀ ਸੱਟ ਹੋਵੇ, ਇਹ ਨਹੀਂ ਕਿ ਖੇਤੀਬਾੜੀ ਕਰਕੇ ਜੱਟ ਨਹੀਂ ਬਣਦਾ ਕੋਈ ਵੀ। ਅਤੇ ਇਹ ਜਿਹੜੇ ਹੈਗੇ ਨਾ ਲੋਕ ਖੱਤਰੀ ਹੈਗੇ ਨੇ ਇਹ ਪਹਿਲਾਂ ਤਾਂ ਲੋਕਾਂ ਨਾਲ ਪਿਓ ਭੁਲਾਉਂਦੇ ਨੇ, ਜਦੋਂ ਪਿਓ ਭੁੱਲ ਗਿਆ ਫਿਰ ਬਸ ਉਹਨਾਂ ਦੇ ਝੁਰਲੂ ਚੱਲ ਗਿਆ, ਇਸ ਕਰਕੇ ਮਿਡਲ ਈਸਟ 'ਚ ਜੁਡਾ ਟ੍ਰਾਈਬ ਦੇ ਲੋਕ ਇਹ ਬਣ ਗਏ ਸੀ ਯਹੂਦੀ, ਜਿਸਮ ਦੇ ਯਹੂਦੀ ਬਣਨ ਨਾਲ ਜਦੋਂ ਜੀਜ਼ ਨੇ ਜਨਮ ਲਿਆ ਉਦੋਂ ਇਹ ਜਿਸਮ ਦੇ ਯਹੂਦੀ ਸੀਗੇ, ਅਤੇ ਇਸ ਕਰਕੇ ਉਹਨੇ ਫਿਰ ਕੁਆਰੀ ਦੇ ਜਨਮ ਲਿਆ, ਇਹਨਾਂ ਦੇ ਘਰ ਨਹੀਂ ਲਿਆ। ਅਤੇ ਜਦੋਂ ਜੌਨ ਦੀ ਬਾਪਟਿਸਟ ਜਿਹੜਾ ਸੀਗਾ ਬ੍ਰਾਹਮਣ, ਉਹ ਜਦੋਂ ਉਹਨਾਂ ਨੂੰ ਪਾਣੀ 'ਚ ਡੁਬਕੀ ਦਿੰਦਾ ਸੀ ਉਹ ਇਬਰਾਹਾਮ ਦੇ ਨਾਂ 'ਤੇ ਦਿੰਦਾ ਸੀ, ਨਾ ਕਿ ਆ ਜਿਹੜਾ ਹੁਣ ਕਰ ਰਹੇ ਨੇ ਗੋਡ ਦੀ ਫਾਦਰਸ ਹੋਲੀ ਸਪਿਰਿਟ ਐਂਡ ਆਲ ਦੈਟ ਯੂ ਨੋ ਨੋਨ ਸੈਂਸ ਦੈਟ ਇਜ਼ ਹੀ ਸੈਡ, ਉਹਦੇ 'ਚ ਕਿਹਾ ਉਹਨੇ ਆਪਣੇ ਆਪ ਕਿਹਾ ਵੀ ਮੈਂ ਤਾਂ ਹੁਣ ਪਾਣੀ 'ਚ ਦੇ ਰਿਹਾ ਡੁਬਕੀ, ਮੇਰੇ ਤੋਂ ਆਉਣ ਵਾਲਾ ਜਿਹੜਾ ਹੋਗਾ ਵੱਡਾ ਉਹ ਤੁਹਾਨੂੰ ਹੋਲੀ ਸਪਿਰਿਟ 'ਚ ਦੇਵੇਗਾ, ਹੋਲੀ ਸਪਿਰਿਟ ਮੈਂ ਨਾ ਸੁਰਤੀ ਮਹਾਂਦੇਵ ਮਹਾਂਦੇਵਨ ਮਹਾਂਦੇਵਨ ਜਿਹੜੀ ਮਾਂ ਹੈਗੀ ਸਾਡੀ ਹੋਲੀ ਸਪਿਰਿਟ, ਅਤੇ ਉਹਦੇ 'ਚ ਡੁਬਕੀ ਦੇਵੇਗਾ। ਲੇਕਿਨ ਇਹ ਫਿਰ ਪੜ੍ਹਦੇ ਵੀ ਹੈਗੇ ਨੇ, ਫਿਰ ਉਹ ਜਦੋਂ ਡੁਬਕੀ ਦਿੰਦੇ ਉਦੋਂ ਫਿਰ ਉਹਦੇ ਹੀ ਕਹਿ ਦਿੰਦੇ ਜੌਨ ਦੀ ਆਪਣੇ ਹੋਰ ਸਨ ਫਾਦਰ ਸਨ ਐਂਡ ਹੋਲੀ ਸਪਿਰਿਟ। ਇਹ ਹੈਗੀ ਇਹਨਾਂ ਦੀ ਪੜ੍ਹਾਈ, ਅਤੇ ਕੱਲ੍ਹ ਥੋੜ੍ਹਾ ਚਿਰ ਹੋਇਆ ਪਿਛਲੇ ਵੀਕ ਮੈਂ ਉੱਥੇ ਗਿਆ ਆਕਸਫੋਰਡ, ਅਤੇ ਉੱਥੇ ਯੂਨੀਵਰਸਿਟੀ ਦੇ ਹੁੰਦੇ ਨੇ ਪ੍ਰੋਫੈਸਰ, ਉਹਨਾਂ ਦਾ ਸੈਮੀਨਾਰ ਹੁਣ ਸੀਗਾ ਅਤੇ ਮੈਂ ਵੀ ਉੱਥੇ ਚਲਾ ਗਿਆ, ਅਤੇ ਮੈਂ ਉਹਨਾਂ ਨੂੰ ਸਵਾਲ ਕੀਤਾ ਲੋਜੀਕਲ ਰੀਜਨਿੰਗ ਲੋਜੀਕਲੀ ਕਰੀ ਜਾਣ ਉਹ, ਮੈਂ ਕਿਹਾ ਲੋਜੀਕਲੀ ਇਹ ਦੱਸੋ ਵੀ ਐਡਮ ਐਂਡ ਈਵ ਹੂ ਕ੍ਰੀਏਟਿਡ ਐਡਮ ਐਂਡ ਈਵ, ਵੀ ਆਦਮੀ ਜਿਹੜਾ ਅਤੇ ਔਰਤ ਹੈਗੀ ਕਿਨ ਬਣਾਇਆ ਹੈਗਾ। ਹੁਣ ਉਹ ਜਿਹੜਾ ਸੀ ਲੈਕਚਰ ਦੇ ਉਹਨੂੰ ਪੈ ਗਿਆ ਪਿੱਸੂ, ਉਹਨਾਂ ਨੂੰ ਪਤਾ ਨਹੀਂ ਹੈਗਾ ਬੇਸਿਕ ਦਾ, ਅਤੇ ਉਹ ਕਿਹਾ ਮੈਨੂੰ ਨਹੀਂ ਪਤਾ। ਉਹ ਜਿਹੜਾ ਪ੍ਰੋਫੈਸਰ ਸੀ ਵਿੱਚ ਜਿਹੜਾ ਕਿ ਚੇਅਰ ਕਰਦਾ ਸੀ ਉਸ ਫੋਰਮ ਨੂੰ,
ਉਹ ਵੀ ਕਹਿੰਦਾ ਮੈਨੂੰ ਨਹੀਂ ਪਤਾ, ਇੱਕ ਜਨਾਨੀ ਸੀ ਰਿਸਪੋਂਡੈਂਟ ਉਹ ਵੀ ਕਹਿੰਦਾ ਮੈਨੂੰ ਪਤਾ ਨਹੀਂ। ਉਹ ਫਿਰ ਸਾਰਿਆਂ ਨੂੰ ਪੁੱਛਦਾ ਜਿਹੜੇ ਬੈਠੇ ਸੀਗੇ, ਕਿਸੇ ਨੂੰ ਪਤਾ? ਸਾਰਿਆਂ ਨੇ ਸਿਰ ਮਾਰ ਦਿੱਤਾ, ਮੈਨੂੰ ਨਹੀਂ ਪੁੱਛਿਆ। ਮੈਨੂੰ ਪੁੱਛਦੇ ਮੈਂ ਉਹਨਾਂ ਨੂੰ ਦੱਸ ਦਿੰਦਾ। ਤਾਂ ਉਹਨਾਂ ਨੂੰ ਇਹ ਹੈਗਾ ਵੀ ਇਨਫੀਓਰਿਟੀ ਕੰਪਲੈਕਸ ਹੈਗਾ, ਵੀ ਇਹ ਲੈਕਚਰਰ ਹੈਗਾ ਮੈਟਲਰਜੀ ਦਾ, ਇਹਨੇ ਇਹਨੂੰ ਕੀ ਪਤਾ ਵੀ ਮਜ਼ਹਬ ਦੀ ਥਿਓਲੋਜੀ ਕੀ ਹੁੰਦੀ ਹੈਗੀ। ਅਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਹੁੰਦਾ ਨੈਚੁਰਲ ਮੈਨ, ਨੈਚੁਰਲ ਮੈਨ ਨੇਚਰ ਤੋਂ ਬਣਿਆ, ਨੇਚਰ ਦਾ ਜਿਹੜਾ ਹੈਗਾ ਆਪਣੇ ਖੁਦਾ ਜਾਂ ਜਿਹੜਾ ਬਣਾਉਣ ਵਾਲਾ ਕ੍ਰੀਏਟਰ ਹੈ ਉਹ ਯਾਵੇ ਹੈਗਾ, ਡੈਮੀਅਰਜ ਗੋਡ ਜਿਹਨੂੰ ਕਹਿੰਦੇ। ਡੈਮੀਅਰਜ ਦਾ ਮਤਲਬ ਹੈਗਾ ਮੈਥਾਲੋਜੀਕਲ, ਇਹ ਬ੍ਰਹਮਾ ਵਿਸ਼ਨੂੰ ਸ਼ਿਵ ਜਿਹੜੇ ਮੈਥਾਲੋਜੀਕਲ ਹੈਗੇ ਨੇ। ਅਤੇ ਜਿਹੜਾ ਹੈਗਾ ਨਾ ਆਪਣੇ ਆਦਮੀ ਜਿਹੜਾ ਹੈਗਾ ਨਾ ਪੈਦਾ ਕੀਤਾ ਔਰਤ ਅਤੇ ਆਦਮੀ, ਇਹ ਬ੍ਰਹਮਾ ਨੇ ਕੀਤਾ ਹੈਗੇ ਨੇ, ਠੀਕ ਹੈ ਨਾ। ਅਕਾਲ ਪੁਰਖ ਨੇ ਨਹੀਂ ਕੀਤਾ, ਅਕਾਲ ਪੁਰਖ ਤਾਂ ਸਪਿਰਿਟ ਹੈਗੀ, ਜਿਹੜਾ ਤੁਹਾਡੇ ਦਿਲ ਵਿੱਚ ਹੈਗਾ ਉਹ ਅਕਾਲ ਪੁਰਖ ਦਾ ਹੈਗਾ, ਯਾਨੀ ਕਿ ਰੂਹ ਜਿਹਨੂੰ ਕਹੀਦਾ, ਜਿਹੜੀ ਰੂਹ ਹੈਗੀ ਉਹ ਅਕਾਲ ਪੁਰਖ ਦੀ ਅੰਸ਼ ਹੈਗੀ, ਠੀਕ ਹੈ ਨਾ। ਅਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਕਿਹੜਾ ਹੈਗਾ, ਇਹ ਤਾਂ ਯੂਨੀਵਰਸਿਟੀ ਦੇ ਪ੍ਰੋਫੈਸਰ ਹੈ ਇੱਥੇ ਥਿਓਲੋਜੀ ਦੇ ਨਾ। ਅਤੇ ਦੂਜਾ ਹੈਗਾ ਉਹ ਇੱਕ ਜੌਨ ਫੋਰ ਦਾ ਹੈਗਾ, ਸਮੈਰੀਟਡ ਵੂਮਨ ਐਟ ਦੀ ਵੈਲ, ਉਹਨੇ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜੇ ਨਾ ਵਸ਼ ਕੀਤੇ ਹੋਏ ਸੀਗੇ। ਅਤੇ ਉਹਨੇ ਜੀਜ਼ੇ ਨੇ ਕਿਹਾ, ਯੂ ਹੈਵ 5 ਹਸਬੈਂਡਸ, ਦੀ ਵਨ ਲਿਵਿੰਗ ਵਿਦ ਯੂ ਇਜ਼ ਨਾਟ ਯੂਰ ਹਸਬੈਂਡ। ਹਸਬੈਂਡ ਦਾ ਮਤਲਬ ਜਿਹੜਾ ਤੁਹਾਡੇ 'ਤੇ ਕਾਬਜ਼ ਕੀਤਾ ਹੋਵੇ, ਜਿਹੜਾ ਤੁਹਾਡਾ ਪ੍ਰਧਾਨ ਹੋਵੇ। ਉਹ ਪ੍ਰਧਾਨ ਤਾਂ ਪੰਜਾਂ 'ਚ ਕੋਈ ਵੀ ਨਹੀਂ ਸੀਗਾ, ਕਾਮ ਕ੍ਰੋਧ ਲੋਭ ਮੋਹ ਹੰਕਾਰਾਂ 'ਚ ਉਹ ਤਾਂ ਉਹਨੇ ਵਸ ਕੀਤੇ ਸੀ ਸਾਰੇ, ਉਹ ਰਹਿੰਦੇ ਤਾਂ ਨਾਲ ਜ਼ਰੂਰ ਸੀ ਉਹਦੇ, ਪਰ ਉਹਦੇ ਵਸ ਕੀਤੇ ਹੋਏ ਸੀ, ਯਾਨੀ ਕਿ ਮਨ ਉਹਨੇ ਕਾਬੂ 'ਚ ਕੀਤਾ ਹੋਇਆ ਸੀ, ਬੁੱਧੀ ਦੇ ਹੇਠ ਕੀਤਾ ਹੋਇਆ ਸੀ। ਹੋਮੇ ਮਨ ਅਤੇ ਬੁੱਧੀ, ਹੋਮੇ 'ਚ ਆਦਮੀ ਜਿਹੜਾ ਹੈਗਾ ਹੰਕਾਰੀ ਹੁੰਦਾ ਅਤੇ ਕੁਛ ਨਹੀਂ ਸਿੱਖਦਾ, ਅਤੇ ਜਦੋਂ ਮਨ 'ਚ ਜਾਗ ਪਵੇ ਫਿਰ ਉਹ ਚਲਾਕੀਆਂ ਕਰਦਾ, ਕਹਿੰਦਾ ਹੁਣ ਲੁੱਟ ਲਵਾਂ ਮੁੰਡਿਆਂ ਪੈਸਿਆਂ ਲੈ ਕੇ, ਚਲਾਕ ਹੁੰਦਾ ਆਦਮੀ। ਤਾਂ ਉਦੋਂ ਜਿਹੜਾ ਹੁੰਦਾ ਬੁੱਧੀ ਉਹਨੂੰ ਫਿਰ ਵੱਸ 'ਚ ਰੱਖਦੀ ਵੀ ਨਾ ਕਿਸੇ ਦਾ ਹਰਾਮ ਨਹੀਂ ਖਾਣਾ। ਜੇ ਤਾਂ ਬੁੱਧੀ ਦੇ ਆ ਗਿਆ ਕਾਬੂ 'ਚ ਫਿਰ ਤਾਂ ਰੱਬ ਦੇ ਰਾਗਿਆ ਪੂਜਾ 'ਚ, ਨਹੀਂ ਤਾਂ ਫਿਰ ਸ਼ੈਤਾਨ ਬਣ ਜਾਂਦਾ ਅਤੇ ਲੋਕਾਂ ਨੂੰ ਲੁੱਟਦਾ ਹੈਗਾ। ਲੁੱਟਣ ਦੇ ਢੰਗ ਉਹਨੇ ਬਥੇਰੇ ਬਣਾਏ ਹੋਏ ਨੇ, ਚੋਲੇ ਪਾ ਲੈਂਦੇ, ਬਾਬੇ ਬੂਬੇ ਬਣ ਜਾਂਦੇ ਨੇ, ਇਹ ਸਾਰੇ ਸ਼ੈਤਾਨ ਹੈਗੇ ਨੇ। ਕਲਯੁੱਗ 'ਚ ਤੁਸੀਂ ਆਪਣਾ ਹਿਸਾਬ ਕਿਤਾਬ ਖੁਦ ਦੇਣਾ, ਅਕਾਲ ਪੁਰਖ ਨੇ ਕਿਸੇ ਹੋਰ ਨਹੀਂ ਦੇਣਾ। ਹੁਣ ਜਿਹੜਾ ਹੈਗਾ ਸਮਾਂ, ਹੁਣ ਅਖੀਰਲਾ ਹੈਗਾ, ਕਿਆਮਤ ਦਿਨ ਹੈਗੇ ਨੇ ਹੁਣ। ਅਤੇ ਇਹ ਅਖੀਰਲਾ ਇਸ ਕਰਕੇ ਹੈਗਾ, ਜਿਹੜੇ ਯਹੂਦੀ ਹੈਗੇ ਨਾ, ਇਹ ਜਿਹੜੇ ਹੈਗੇ ਨੇ, ਇਹ ਡਿਮੋਨਸਟ੍ਰੇਸ਼ਨ ਨੇਸ਼ਨ, ਇਹ ਸਾਰੀ ਦੁਨੀਆ ਦੇ ਨਾ ਇੱਕ ਕਿਸਮ ਦਾ ਵੀ ਇਹਨਾਂ ਦਾ ਹੈਗਾ, ਕੀ ਕਹੋਗੇ ਤੁਸੀਂ ਵੀ, ਇਹ ਖਾਸ ਲੋਕ ਹੈਗੇ ਨੇ ਜਿਹੜੇ ਕਿ ਇਹਨਾਂ ਨੂੰ ਪ੍ਰੋਮਿਸਡ ਲੈਂਡ ਦਿੱਤੀ ਹੋਈ ਸੀਗੀ, ਜਿਹੜੀ ਕਿ ਇਬਰਾਹਾਮ ਦੀ ਹੈਗੀ। ਜਦੋਂ ਤਾਂ ਇਹ ਇਬਰਾਹਾਮ ਦੇ ਫੇਥਫੁਲ ਰਹਿੰਦੇ ਨਾ, ਉਹਦੇ ਨਾਲ ਵਫ਼ਾਦਾਰ ਹੁੰਦੇ ਨੇ, ਉਦੋਂ ਤਾਂ ਇਹ ਖੂਬ ਦੁਨੀਆ ਦਾ ਇੱਕ ਨੰਬਰ ਦਾ ਅਨਾਜ ਖਾਂਦੇ ਨੇ। ਇਹਨਾਂ ਦੀ ਬਹੁਤ ਪੈਦਾਇਸ਼ ਹੁੰਦੀ ਤਾਂ ਸਭ ਕੁਛ ਬਹੁਤ ਫੁੱਲਦੇ ਫੁੱਲਦੇ ਨੇ, ਫੁੱਲਦੇ ਫੁਲਾਉਂਦੇ ਨੇ। ਪਰ ਜਦੋਂ ਇਹ ਅਨਫੇਥਫੁਲ ਹੋ ਜਾਂਦੇ, ਉਹਦੇ ਇਬਰਾਹਿਮ ਦੇ ਨਹੀਂ ਪੁੱਤਰ ਰਹਿੰਦੇ, ਜਿਵੇਂ ਕਿ ਯਹੂਦੀ ਬਣ ਗਏ ਸੀ ਜਿਸਮ ਦੇ, ਫਿਰ ਉਹ ਜਿਹੜਾ ਇਬਰਾਹਿਮ ਸੀ ਉਹ ਯਹੂਦੀ ਨਹੀਂ ਸੀਗਾ, ਉਹ ਤਾਂ ਸਮੈਟਿਕ ਰੇਸ ਦਾ ਸੀਗਾ ਨਾ। ਇਸ ਕਰਕੇ ਉਹਨਾਂ ਦਾ ਜਿਹੜਾ ਕੋਵਨੈਂਟ ਹੈਗਾ ਇਬਰਾਹਿਮ ਨਾਲ ਟੁੱਟ ਜਾਂਦਾ ਹੈਗਾ ਜਦੋਂ ਯਹੂਦੀ ਬਣ ਜਾਏ। ਜਿੱਦਾਂ ਮੈਂ ਆਪਣੀ ਕੌਮ ਸਿੱਖ ਕਹਾਂ ਅਤੇ ਮੇਰੀ ਜਿਹੜੀ ਕੌਮ ਜੱਟ ਹੈਗੀ ਤਾਂ ਉਹਦੇ ਤੋਂ ਮੈਂ ਛੁਟਕਾਰਾ ਪਾ ਜਾਂਦਾ, ਯਾਨੀ ਕਿ ਉਹਦਾ ਕੋਵਨੈਂਟ ਟੁੱਟ ਜਾਂਦਾ ਹੈਗਾ। ਜਦੋਂ ਟੁੱਟ ਗਿਆ ਤਾਂ ਮੈਨੂੰ ਮਾਂ ਪਿਓ ਨਾਲ ਮੈਂ ਟੁੱਟ ਜਾਂਦਾ ਹੈਗਾ, ਬੇਵਫਾ ਹੋ ਜਾਂਦਾ। ਤਾਂ ਫਿਰ ਜਿਹੜੇ ਜੇ ਤੁਸੀਂ ਪਿਓ ਦੇ ਬੇਵਫਾ ਹੈਗੇ, ਉਹਨੇ ਛਿੱਤਰ ਮਾਰ ਕੇ ਤਾਂ ਘਰੋਂ ਬਾਹਰ ਹੀ ਕੱਢਣਾ। ਅਤੇ ਇਸ ਕਰਕੇ ਉਹਨੇ ਫਿਰ ਜਦੋਂ ਹੋ ਜਾਂਦੇ ਯਹੂਦੀ ਜਿਸਮ ਦੇ ਬਣ ਜਾਂਦੇ ਨੇ, ਉਦੋਂ ਇਹਨਾਂ ਦੀ ਜ਼ਮੀਨ ਜਿਹੜੀ ਹੈਗੀ, ਜਿਹੜੀ ਫਸਲ ਦਿੰਦੀ ਉਹ ਬੈਰਾਨ ਹੋ ਜਾਂਦੀ ਹੈਗੀ, ਅਤੇ ਉੱਥੇ ਕਹਿਤ ਪੈ ਜਾਂਦਾ ਹੈਗਾ। ਉਹਨਾਂ ਨੂੰ ਫਿਰ ਨਿਕਲਣਾ ਪੈਂਦਾ ਬਾਹਰ, ਅਤੇ ਉਹ ਨਿਕਲ ਕੇ ਗਏ ਸੀ ਇਜਿਪਟ ਵਿੱਚ, ਇਜਿਪਟ ਵਿੱਚ ਗਏ ਸੀ, ਉੱਥੇ ਬੁਰਾ ਹਾਲ ਹੋਇਆ। ਉਹ ਜੀਜ਼ ਨੇ ਇੱਕ ਪੈਰਾਬਲ ਹੈਗਾ ਪ੍ਰੋਡੀਜਲ ਸਨ, ਜਿਹੜਾ ਪ੍ਰੋਡੀਜਲ ਸਨ ਸੀ ਯੰਗਰ, ਇਹ ਆਈਜ਼ਕ ਦੇ ਆਦਮੀ ਸੀਗੇ। ਵੱਡਾ ਜਿਹੜਾ ਸੀ ਮੁੰਡਾ ਉਹ ਇਸ਼ਮਾਇਲ ਸੀਗਾ, ਉਹ ਹਮੇਸ਼ਾ ਵਫ਼ਾਦਾਰ ਰਿਹਾ ਆਪਣੇ ਇਬਰਾਹਿਮ ਦਾ। ਉਹਨੇ ਥੋੜ੍ਹਾ ਖਾਧਾ ਪਰ ਉਹ ਮਰਿਆ ਨਹੀਂ ਹੈ, ਉਹਨੂੰ ਇਬਰਾਹਿਮ ਦੇ ਨਾ ਸ਼ਾਬਾਸ਼ ਰਹੀ। ਅਤੇ ਹੁਣ
ਇਹ ਜਿਹੜੇ ਹੈਗੇ ਨੇ ਯਹੂਦੀ, ਇਹਦੇ 'ਚ ਬਾਈਬਲ 'ਚ ਨਾ ਇਹ ਸਾਰਾ ਕੁਝ ਦੱਸਿਆ ਵੀ ਇਹ ਕੀ ਹੋਣ ਵਾਲਾ ਦੁਨੀਆਂ 'ਚ, ਅਤੇ ਸਤਿਗੁਰੂ ਨਾਨਕ ਦੇਵ ਦਾ ਵੀ ਆਉਣ ਦਾ ਵੀ ਦੱਸਿਆ ਹੈਗਾ ਕਿ ਐਜ਼ ਦੀ ਲਾਈਟਨਿੰਗ ਸਟ੍ਰਾਈਕ ਇਨ ਦਾ ਈਸਟ ਫਲੈਸ਼ਿਜ਼ ਟੁਵਰਡਸ ਦੀ ਵੈਸਟ, ਸੋ ਸ਼ੈਲ ਬੀ ਦੀ ਕਮਿੰਗ ਸਨ ਆਫ ਮੈਨ। ਮਤਲਬ ਵੀ ਜਿਹੜੀ ਲਾਈਟਨਿੰਗ ਹੈਗੀ ਨਾ ਮਜ਼ਹਬ ਦੀ, ਉਹ ਆਪਣੇ ਇੰਡੀਆ 'ਚ ਚਮਕਣੀ ਹੈਗੀ, ਉੱਥੋਂ ਨਿਕਲਣੀ ਹੈਗੀ, ਪਰ ਉੱਥੇ ਚਮਕਣੀ ਨਹੀਂ ਹੈਗੀ, ਉੱਥੇ ਉਹਦਾ ਗਾਹਕ ਨਹੀਂ ਕੋਈ ਵੀ ਹੈਗਾ। ਉੱਥੇ ਜਿਹੜੇ ਨਾ ਗਿਆਨ ਗ੍ਰੰਥੀ ਗ੍ਰੰਥੀ ਹੈਗੇ ਜਾਂ ਹੋਰ ਹੈਗੇ ਕਹਿੰਦੇ ਕੰਮ ਕਰੀਏ ਤਾਂ ਪੈਸਾ ਕੀ ਮਿਲੂਗਾ, ਉਹ ਪਹਿਲਾਂ ਪੈਸੇ ਦੀ ਸੋਚਦੇ ਨੇ, ਉੱਥੇ ਪੈਸੇ ਦੀ ਦੌੜ ਹੈਗੀ। ਵੈਸਟ 'ਚ ਜਿਹੜਾ ਹੈਗਾ ਇੰਨੀ ਪੈਸੇ ਦੀ ਦੌੜ ਨਹੀਂ ਹੈ, ਇੱਥੇ ਇਹਨਾਂ ਕੋਲ ਨਾਮ ਦੀ ਭੁੱਖ ਹੈਗੀ, ਅਤੇ ਇਸ ਕਰਕੇ ਨਾਮ ਜਿਹੜਾ ਇੱਥੇ ਚੱਲਣਾ ਹੈਗਾ ਆਪਣੇ ਵੈਸਟ 'ਚ, ਅਤੇ ਜਿਹੜੇ ਲੋਕ ਵੈਸਟ 'ਚ ਹੈਗੇ ਨੇ ਉਹ ਇਸ ਦਾ ਫਾਇਦਾ ਉਠਾਉਣ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਉਹ ਥਾਂ ਸੁਹਾਵਾ ਰਾਮ ਰਾਜੇ, ਅਤੇ ਆਪਣਾ ਜਿੱਥੇ ਜਾ ਕੇ ਬੈਠੋਗੇ ਉਹ ਰਾਮ ਰਾਜੇ ਹੋ ਜਾਏਗਾ ਤੁਹਾਡਾ, ਯਾਨੀ ਕਿ ਆਰਾਮ ਨਾਲ ਬੈਠੋਗੇ। ਪਰ ਜੇ ਤੁਹਾਨੂੰ ਕੁਛ ਸਿੱਖਿਆ ਹੈਗਾ, ਜੇ ਤੁਸੀਂ ਪੱਗ 'ਤੇ ਆ ਦਾੜੀ 'ਤੇ ਰੱਖ ਕੇ ਕਹੋ ਮੈਂ ਸਿੱਖ ਹੈਗਾ, ਤਾਂ ਫਿਰ ਜੁੱਤੀਆਂ ਖਾਓਗੇ ਜਿੱਦਾਂ ਕਿ ਉੱਥੇ ਦਿੱਲੀ 'ਚ ਪਈਆਂ ਸਨ। ਦਿੱਲੀ 'ਚ ਇੱਕ ਵੀ ਨਹੀਂ ਸਿੱਖ ਮਰਿਆ, ਕਿਉਂ ਸਿੱਖ ਹੁੰਦਾ ਨਾਦੀ ਰੂਪ, ਜਿੰਦੀ ਰੂਪ ਨਹੀਂ ਹੁੰਦਾ। ਤਰਖਾਣ ਮਰੇ, ਲੁਹਾਰ ਮਰੇ, ਜੱਟ ਮਰੇ, ਚੂੜੇ ਮਰੇ, ਚਮਾਰ ਮਰੇ, ਪਰ ਸਿੱਖ ਇੱਕ ਵੀ ਨਹੀਂ ਮਰਿਆ, ਨਾ ਹੀ ਪਾਰਟੀਸ਼ਨ ਵੇਲੇ ਕੋਈ ਮਰਿਆ ਸਿੱਖ। ਅਤੇ 2000 ਦਾ ਮਜਮਾ ਆਇਆ ਸੀ ਰਾਈ ਹਮਲਾ ਕਰਨ, ਜੋ ਉਹਨਾਂ ਦੱਸਿਆ ਸੀ ਜੱਟਾਂ ਨੇ ਮਰਨਾ, ਤੁਸੀਂ ਰਾਈਆਂ ਨੇ ਆਇਆ ਸੀ ਦੁਸ਼ਮਣ ਬਣ ਕੇ, ਇੱਕ ਨੰਬਰ ਦਾ ਦੋਸਤ ਬਣ ਕੇ ਗਿਆ, ਅਤੇ ਉਹਨਾਂ ਨੂੰ 2000 ਨੂੰ ਕਹਿੰਦਾ ਇਹਨਾਂ ਦੀ ਰਾਖੀ ਰੱਖਣੀ, ਇਹ ਸਾਡੇ ਹੈਗੇ ਮਹਿਮਾਨ। ਇਹਦਾ ਜ਼ਿਕਰ ਮੈਂ ਹੋਰ ਜਗ੍ਹਾ ਵੀ ਕੀਤਾ ਕਈ ਜਗ੍ਹਾ 'ਤੇ, ਇਸ ਕਰਕੇ ਇਹ ਜਿਹੜਾ ਹੁਣ ਕਲਯੁੱਗ ਦਾ ਅਖੀਰ ਹੈਗਾ, ਅਤੇ ਜੀਜ਼ ਨੇ ਕਿਹਾ ਸੀਗਾ ਕਿ ਜਦੋਂ ਅਖੀਰ ਹੋਇਆ ਨਾ ਕਲਯੁੱਗ ਦਾ, ਮਾਥਿਊ 13:24-30 'ਚ, ਇਹਨੂੰ ਕਹਿੰਦੇ ਵੀਟ ਐਂਡ ਟੇਅਰ ਪੈਰਾਬਲ। ਟੇਅਰ ਹੈਗੇ ਸ਼ੈਤਾਨ, ਅਤੇ ਵੀਟ ਹੈਗੇ ਨੇ ਜਿਹੜੇ ਆਦਮੀ ਦੇ ਪੁੱਤਰ। ਅਤੇ ਉੱਥੇ ਕਿਹਾ ਵੀ ਜਦੋਂ ਕਲਯੁੱਗ ਦਾ ਅਖੀਰ ਹੋਇਆ, ਇਹਨਾਂ ਸ਼ੈਤਾਨਾਂ ਨੂੰ ਜਿਹੜੇ ਜੂਹ ਬਣੇ ਨਾ ਜਿਸਮ ਦੇ, ਇਹਨਾਂ ਸ਼ੈਤਾਨਾਂ ਨੂੰ ਇਕੱਠੇ ਕਰਕੇ ਜਲਾਵਾਂਗਾ। ਹੁਣ ਉਹ ਇਕੱਠੇ ਕੀਤੇ ਹੋਏ ਨੇ ਜਰੂਸਲਮ ਵਿੱਚ, ਆਪਣੇ ਇਜ਼ਰਾਈਲ 'ਚ ਹੋ ਰਹੇ ਨੇ, ਇੱਥੇ ਹੋਰ ਹੋਣਗੇ। ਇਹਨਾਂ ਨੇ ਜਿਹੜਾ ਇਹ ਜਿਹੜੀ ਮਿਡਲ ਈਸਟ 'ਚ ਕਰ ਰਹੇ ਨਾ ਹੁਣ, ਇਹਨਾਂ ਨੇ ਛੇੜੀ ਹੋਈ ਜੂਆਂ ਨੇ, ਇਹ ਜਿਹੜਾ ਰਾਜ ਹੈਗਾ ਇੱਥੇ ਬ੍ਰਿਟਨ 'ਚ ਨਾ, ਅਤੇ ਅਮੈਰੀਕਾ 'ਚ, ਅਤੇ ਫਰਾਂਸ, ਇਹ ਜਿਹੜੇ ਕੰਟਰੀ ਜਿਹੜੇ ਕਿ ਇਹਨਾਂ ਨੂੰ ਲੌਬੀ ਹੈਗੀ ਨਾ ਇਹਨਾਂ ਦੀ ਜੂਆਂ ਦੀ, ਇਹਨਾਂ ਇੱਥੇ ਇਹਨਾਂ ਸਾਰੇ ਮੁਲਕਾਂ 'ਚ ਜੂਆਂ ਦਾ ਰਾਜ ਹੈਗਾ ਪੈਸੇ ਦਾ। ਅਤੇ ਇਹਨਾਂ ਨੇ ਦੇਖਿਆ ਜੇ ਤੁਸੀਂ ਇਹਨਾਂ ਨੂੰ ਕਿੱਦਾਂ ਹੈਰਾਨ ਕਰਨਾ ਹੈਗਾ। ਅਤੇ ਕਲਯੁੱਗ 'ਚ ਹੈਗਾ ਲਾਲਚ, ਲਾਲਚੀ ਆਦਮੀ ਹੁੰਦਾ ਹੈਗਾ, ਅਤੇ ਲਾਲਚ ਨਾਲ ਫਿਰ ਬਣ ਜਾਂਦਾ ਅਮੀਰ। ਜਦੋਂ ਅਮੀਰ ਬਣ ਜਾਏ ਤਾਂ ਫਿਰ ਉਹ ਗਰੀਬ ਜਿਹੜੇ ਨਾ ਉਹ ਫਿਰ ਉਹਨਾਂ ਨੂੰ ਦੁਖੀ ਹੋ ਜਾਂਦੇ ਨੇ ਵੀ ਇਹ ਲੁੱਟ ਗਿਆ ਸਾਨੂੰ। ਜਿੱਦਾਂ ਕਿ ਜਰਮਨੀ ਦੇ ਵਿੱਚ ਜੂ ਮਾਰੇ ਸਨ, ਉਹਦੀ ਜਿਹੜੀ ਖਾਸ ਸੀਗੀ ਜਿਹੜੀ ਨਫ਼ਰਤ ਦੀ ਲਹਿਰ ਉਹ ਸੀਗੀ ਵੀ ਇਹਨਾਂ ਕੋਲ ਪੈਸਾ ਬਹੁਤ ਸੀਗਾ ਜੂਆਂ ਕੋਲ, ਅਤੇ ਜਰਮਨ ਰਹਿ ਗਏ ਗਰੀਬ, ਅਤੇ ਉਹਨਾਂ ਨੇ ਫਿਰ ਉਹਨਾਂ ਦੇ ਫਿਰ ਖੂਬ ਬਦਲਾ ਲਿਆ। ਇਹਦੇ 'ਚ ਬਾਈਬਲ 'ਚ ਲਿਖਿਆ ਇੱਕ ਜਗ੍ਹਾ ਕਿ ਇਹਨੇ ਹਾਊਸ ਮੈਂ ਨਾ ਜਿਹੜਾ ਜਿਸਮ ਹੈਗਾ ਆਪਣਾ ਤੁਹਾਡਾ ਤਨ, ਇਹਨੇ ਹਾਊਸ ਦੇਅਰ ਆਰ ਫਾਈਵ, ਪੰਜ ਹੈਗੇ ਨੇ, 3 against 2, 2 against 3, 3 ਹੈਗੇ ਹੋਮੇ ਦੇ, ਕਾਮ ਕ੍ਰੋਧ ਅਤੇ ਹੰਕਾਰ, ਅਤੇ 2 ਹੈਗੇ ਨੇ ਲੋਭ ਮੋਹ, ਇਹ ਹੈਗੇ ਮਨ ਦੇ, 2 against 3, 3 against 2, ਯਾਨੀ ਕਿ ਆਪਸ ਵਿੱਚ ਲੜਨਗੇ ਝਗੜਨਗੇ। ਜਦੋਂ ਇਹ ਆਪਸ ਵਿੱਚ ਹੁੰਦੇ ਨੇ ਇਹਨਾਂ ਦਾ ਜ਼ੋਰ, ਉਦੋਂ ਉਹ ਹੁੰਦਾ ਜਦੋਂ ਜਿਹੜੇ ਅਮੀਰ ਹੈਗੇ ਨਾ ਉਹ ਬਣ ਜਾਂਦੇ ਗਰੀਬਾਂ ਨੂੰ ਲੁੱਟ ਕੇ ਅਮੀਰ, ਉਹ ਹੈਗੇ ਨੇ ਮਨ ਦੇ। ਅਤੇ ਜਿਹੜੇ ਹੈਗੇ ਹੋਮੇ ਦੇ ਆਦਮੀ 3 ਹੈਗੇ ਨੇ, ਕਾਮ ਕ੍ਰੋਧ ਮੋਹ ਹੰਕਾਰ ਵਾਲੇ, ਉਹ ਰਹਿ ਜਾਂਦੇ ਨੰਗੇ ਭੁੱਖੇ, ਉਹ ਫਿਰ ਉਹਨਾਂ ਨੂੰ ਫਿਰ ਲੁੱਟਦੇ ਨੇ। ਇੰਡੀਆ 'ਚ ਵੀ ਜਿਹੜੀ ਨਾ ਡਿਸਪੈਰਿਟੀ ਕਹੀਦਾ ਇਹਨੂੰ, ਫਰਕ ਜਿਹੜਾ ਤਫਰਕਾ ਹੈਗਾ ਨਾ ਅਮੀਰ ਅਤੇ ਗਰੀਬ ਵਿੱਚ, ਜਿੰਨਾ ਜ਼ਿਆਦਾ ਹੋਏਗਾ ਓਨਾ ਹੀ ਉੱਥੇ ਝਗੜੇ ਜ਼ਿਆਦਾ ਹੋਣਗੇ, ਯਾਨੀ ਕਿ ਇੰਡੀਆ 'ਚ ਬਹੁਤ ਤਫਰਕਾ ਹੈਗਾ। ਇਸ ਕਰਕੇ ਇੰਡੀਆ 'ਚ ਜਦੋਂ ਹੋਈ ਨਾ ਇਹ ਤਫਰਕਾ, ਜਿਹੜੇ ਲੁੱਟਮਾਰ ਕਰ ਰਹੇ ਅਮੈਰੀਕਾ 'ਚ ਕੀਤੀ, ਇੱਥੇ ਇੰਗਲੈਂਡ 'ਚ ਕੀਤੀ, ਜਦੋਂ ਇਹ ਸ਼ੁਰੂ ਹੋਈ ਨਾ, ਇਹ ਅਗਲੇ ਸਾਲ ਹੋਣੀ ਹੈਗੀ ਸ਼ੁਰੂ,
ਜਦੋਂ ਐਟੋਮਿਕ ਵਾਰ ਦੇ ਆਸਾਰ ਬਣੇ ਅਤੇ ਉਦੋਂ ਫਿਰ ਤੁਸੀਂ ਦੇਖਿਆ ਜੀ ਇੰਡੀਆ 'ਚ ਕਿੱਦਾਂ ਗਰੀਬ ਅਮੀਰਾਂ ਨੂੰ ਲੁੱਟਦੇ ਨੇ, ਡਾਕੇ ਮਾਰਨਗੇ ਅਤੇ ਹੋਰ ਮਾਰ ਕੁੱਟ ਕਰਨਗੇ। ਅਤੇ ਜਿਸ ਮੁਲਕ 'ਚ ਇਹ ਤਫਰਕਾ ਬਹੁਤ ਘੱਟ ਹੈਗਾ, ਜਿੱਦਾਂ ਕਿਊਬਾ ਹੈਗਾ ਜਾਂ ਹੋਰ ਹੈਗਾ, ਉੱਥੇ ਲੋਕ ਆਰਾਮ ਨਾਲ ਰਹਿਣਗੇ ਕਿ ਉੱਥੇ ਲਾਲਚੀ ਨਹੀਂ ਹੈਗੇ ਨੇ ਅਤੇ ਮਨ ਦੇ ਲੋਕ ਨਹੀਂ ਹੈਗੇ, ਉੱਥੇ ਰੱਬ ਦਾ ਡਰ ਰੱਖਦੇ ਨੇ। ਦੇਖੋ ਜਦੋਂ ਜੀਜ਼ੇ ਸੀਗਾ ਤਾਂ ਇੱਕ ਸੀਗਾ ਜੂ, ਬੜਾ ਅਮੀਰ, ਉਹ ਜੀਜ਼ੇ ਨੂੰ ਕਹਿੰਦਾ ਵੀ ਹਾਓ ਕੈਨ ਬੀ ਪਰਫੈਕਟ, ਵੇ ਪਰਫੈਕਟ ਕਿੱਦਾਂ, ਕਾਮਲ ਕਿੱਦਾਂ ਬਣ ਸਕਦਾ। ਉਹ ਕਹਿੰਦਾ ਵੀ ਆਹ ਜਿਹੜੇ ਤੂੰ ਪੈਸੇ ਜਿਹੜੇ ਬਣਿਆ ਅਮੀਰ, ਇਹ ਗਰੀਬਾਂ ਨੂੰ ਲੁੱਟ ਕੇ ਬਣਿਆ, ਉਹਨਾਂ ਦੀ ਪੈਸੇ ਦੇ ਦੇ ਉਹਨਾਂ ਨੂੰ ਵਾਪਸ ਜਿਹਨਾਂ ਤੋਂ ਲੁੱਟੇ ਹੈਗੇ ਨੇ, ਫਿਰ ਤੂੰ ਕਾਮਲ ਬਣ ਜਾਏਗਾ। ਪਰ ਉਹ ਬਹੁਤ ਸੀ ਅਮੀਰ, ਉਹ ਬੜਾ ਮਯੂਸ ਹੋਇਆ ਵੀ ਹੈ ਮੈਨੂੰ ਪੈਸੇ ਤੂੰ ਕਹਿੰਦਾ ਛੱਡ ਦੇ, ਮੈਂ ਤਾਂ ਨਹੀਂ ਛੱਡਣੇ। ਇਸ ਕਰਕੇ ਜਿਹੜੇ ਸੀਗੇ ਨਾ ਸਮੈਰੀਟਨ ਦੇ ਜੈਂਟਾਇਲ, ਉਹਨਾਂ 'ਚ ਅਮੀਰ ਅਤੇ ਗਰੀਬ ਬਹੁਤ ਘੱਟ ਹੁੰਦੇ ਸੀਗੇ, ਤਫਰਕਾ ਬਹੁਤ ਘੱਟ ਹੁੰਦਾ ਸੀ। ਇਸ ਲਈ ਉਹ ਜਿਹੜੇ ਲੋਕ ਸੀ ਉਹ ਰੱਬ ਦੇ ਆਦਮੀ ਸਨ। ਜਿੱਦਾਂ ਕਿ ਸਮੈਰੀਟਨ ਮੈਨ ਸੀਗਾ, ਉਹਨੇ ਇੱਕ ਜ਼ਖਮੀ ਨੂੰ ਚੱਕਿਆ, ਚੱਕ ਕੇ ਉਹਨੂੰ ਮਲਮ ਪੱਟੀ ਕੀਤੀ, ਫਿਰ ਉਹਨੂੰ ਉਹਦੀ ਦੇਖਭਾਲ ਕੀਤੀ, ਉਹਦੇ ਤੋਂ ਇੱਕ ਪੈਸਾ ਨਹੀਂ ਲਿਆ। ਇਸੇ ਕਰਕੇ ਮੁਹੰਮਦ ਸਾਹਿਬ ਕਹਿੰਦੇ ਨੇ ਵੀ ਜੇ ਕਿਸੇ ਆਦਮੀ ਨੂੰ ਉਧਾਰ ਦਈਏ ਤਾਂ ਉਹਦੇ ਤੋਂ ਸੂਦ ਨਾ ਲਈਏ। ਉਹ ਉਧਾਰ ਤਦ ਹੀ ਮੰਗਦਾ ਕਿ ਉਹਦੇ ਕੋਲ ਪੈਸੇ ਦੀ ਥੋੜ੍ਹੇਗੀ, ਤਾਂ ਉਹਦੇ ਤੋਂ ਸੂਦ ਨਾ ਲਓ। ਪਰ ਇਹ ਜਦੋਂ ਆਪਣੇ ਇੰਡੀਆ 'ਚ ਪੰਜਾਬ ਵਿੱਚ ਗਈ ਇਹ ਚੀਜ਼ ਵੀ ਸੂਦ ਨਾ ਲਵੋ, ਉੱਥੇ ਫਿਰ ਖੱਤਰੀਆਂ ਨੇ ਖੂਬ ਲੁੱਟਣਾ ਸ਼ੁਰੂ ਕਰ ਦਿੱਤਾ ਬੁੱਧੂਆਂ ਨੂੰ, ਦੇ ਪੈਸੇ ਲੈ ਲੈਣੇ, ਜਦੋਂ ਦੇਣੇ ਨਹੀਂ ਬਾਅਦ 'ਚ। ਦੇਖੋ ਜੀ ਕੁਰਾਨ 'ਚ ਲਿਖਿਆ ਵੀ ਨਾ ਸੂਦ ਨਹੀਂ ਲੈਣਾ ਤੁਸੀਂ। ਉਹ ਕਹਿੰਦੇ ਠੀਕ ਹੈ, ਜ਼ਿਮੀਂਦਾਰ ਵਗੈਰਾ ਜੱਟ ਵਗੈਰਾ ਬੁੱਧੂ ਸੀਗੇ ਅਤੇ ਉਹ ਇਹਨਾਂ ਦੇ ਅੜਕੇ ਚੜ੍ਹ ਜਾਂਦੇ ਸੀ ਅਤੇ ਉਹ ਆਪਣਾ ਪੈਸਾ ਇਹਨਾਂ ਦਾ ਖੂਬ ਇਸਤੇਮਾਲ ਕਰਦੇ ਸੀ, ਖਾ ਪੀ ਜਾਂਦੇ ਸੀ। ਇਹ ਲੁੱਟ ਮਾਰ ਦਾ ਜਿਹੜਾ ਇਸਲਾਮ ਜਦੋਂ ਹੋਇਆ ਇੰਡੀਆ 'ਚ, ਫਿਰ ਸਤਿਗੁਰੂ ਨਾਨਕ ਦੇਵ ਜੀ ਆਏ ਸਨ, ਦੀ ਸੈਕਿੰਡ ਕਮਿੰਗ ਆਫ ਕ੍ਰਾਈਸਟ। ਅਤੇ ਜਿਹੜਾ ਹਰਿਮੰਦਰ ਹੈਗਾ, ਇਹ ਪਹਿਲਾਂ ਜਰੂਜ਼ਲਮ ਹੁੰਦਾ ਸੀ, ਇਹਨੂੰ ਹੋਲੀਐਸਟ ਆਫ ਹੋਲੀ ਕਹਿੰਦੇ ਸੀ। ਇਹਦੇ ਆਲੇ ਦੁਆਲੇ ਪਰਦਾ ਹੁੰਦਾ ਸੀ, ਜਦੋਂ ਜੀਜ਼ ਮਰਿਆ ਸੀ ਉਹ ਪਰਦਾ ਫਿਰ ਪੱਟ ਗਿਆ ਸੀਗਾ। ਅਤੇ ਉਹ ਹਰਿਮੰਦਰ ਹੈਗਾ, ਇੱਥੇ ਪਾਣੀ ਦੇ ਗੱਬੇ ਹੈਗਾ, ਉੱਥੇ ਸੀ ਮੰਦਰ ਦੇ, ਉੱਥੇ ਜਿਹੜਾ ਟੈਂਪਲ ਦੇ ਵਿੱਚ ਸੀਗਾ। ਅਤੇ ਜਿਹੜਾ ਤਲਾਅ ਹੈਗਾ ਇਹ ਉੱਥੇ ਹੁੰਦਾ ਸੀ, ਇਹਨੂੰ ਕਹਿੰਦੇ ਸੀ ਬੇਸੜਾ ਪੂਲ ਆਫ ਮਰਸੀ। ਇਹਦੇ ਵੀ ਪਾਣੀ ਹਿਲਦਾ ਸੀ, ਜਦੋਂ ਜਿਹੜਾ ਪਹਿਲਾਂ ਵੜ ਗਿਆ ਉਹੀ ਤੰਦਰੁਸਤ ਹੋ ਜਾਂਦਾ ਸੀ, ਉਹੀ ਜਿਹੜਾ ਆਪਣੇ ਇੱਥੇ ਵੀ ਚ ਕਰਾਮਾਤ ਹੈਗੀ। ਉੱਥੇ ਦੋਨੋਂ ਸੁੱਕ ਗਏ ਨੇ, ਟੈਂਪਲ ਵੀ ਟੱਟ ਗਿਆ, ਉੱਥੇ ਬਣਾ ਨਹੀਂ ਸਕਦੇ। ਤਿੰਨ ਵਾਰੀ ਕੋਸ਼ਿਸ਼ ਕੀਤੀ ਬਣਾਉਣ ਦੀ, ਅੱਗ ਨਿਕਲੀ, ਤੀਜੀ ਵਾਰੀ ਤਾਂ ਨਠਾ ਦਿੱਤੇ। ਅਤੇ ਇਸ ਕਰਕੇ ਜਿਹੜਾ ਕਲਯੁੱਗ ਦਾ ਅਖੀਰ ਹੈਗਾ, ਹੁਣ ਇਹਨਾਂ ਨੂੰ ਇਕੱਠੇ ਕੀਤਾ ਜਲਾਉਣ ਲਈ, ਅਤੇ ਇਹਨਾਂ ਨੇ ਆ ਜਾ ਇਰਾਕ 'ਤੇ ਹਮਲਾ ਕੀਤਾ। ਇਹ ਪਹਿਲਾ ਵਾਰ ਹੈਗਾ ਅਗਰੈਸ਼ਨ ਦਾ, ਯਾਨੀ ਕਿ ਉਹਦਾ ਜਿਹੜਾ ਦੁਸ਼ਮਣ ਦਾ, ਜਿੱਦਾਂ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਕਹਿੰਦੇ ਹੁੰਦੇ ਸੀ, ਪਹਿਲੇ ਦੋ ਵਾਰ ਉਹਦੇ ਤੋਂ ਕਰਵਾਉਂਦੇ ਸੀ। ਇੱਕ ਕਰਦਾ ਸੀ, ਕਹਿੰਦੇ ਵੀ ਇੱਕ ਹੋਰ ਕਰ ਲੈ, ਠੀਕ ਨਹੀਂ ਤੇਰੇ ਕੋਲ ਬਣਿਆ। ਇੱਕ ਅਣਜਾਣੀ 'ਚ ਹੁੰਦਾ ਸੀ, ਇੱਕ ਜਾਣ ਬੁੱਝ ਕੇ ਦੂਜਾ ਕਰਦਾ ਸੀ, ਦੂਜਾ ਜਦੋਂ ਕਰਦਾ ਸੀ ਤੀਜਾ ਫਿਰ ਇਨਸਾਫ ਦਾ ਕਰਦੇ ਸੀ। ਹੁਣ ਇਹ ਪਹਿਲਾ ਜਿਹੜਾ ਇਰਾਕ ਦੀ ਵਾਰ ਸੀਗੀ, ਇਹ ਪਹਿਲਾ ਅਟੈਕ ਸੀਗਾ ਇਹਦਾ ਦੁਸ਼ਮਣ ਦਾ। ਅਤੇ ਹੁਣ ਦੂਜਾ ਜਿਹੜਾ ਹੈਗਾ ਇਹ ਹੁਣ ਹੈਗਾ ਉਸ ਕੰਟਰੀ 'ਤੇ ਜਿਹੜਾ ਕਿ ਐਟੋਮਿਕ ਬੰਬ ਬਣਾਉਂਦਾ ਹੈਗਾ, ਅਤੇ ਸਾਰਿਆਂ ਨੂੰ ਪਤਾ ਹੈਗਾ ਉਹ ਇਰਾਨ ਹੈਗਾ। ਇਹਨਾਂ ਦਾ ਬਹੁਤ ਸਾਰਾ ਹੈ ਵੀ ਇਰਾਨ 'ਤੇ ਕਰਨਗੇ ਹਮਲਾ। ਜਦੋਂ ਇਰਾਨ 'ਤੇ ਕੀਤਾ ਨਾ ਹਮਲਾ, ਉਦੋਂ ਲੋਕਾਂ 'ਚ ਸਪਲਿਟ ਪੈ ਜਾਣੀ, ਜਿਹੜੇ ਪ੍ਰੋ ਰਸ਼ੀਆ ਅਤੇ ਪ੍ਰੋ ਅਮੈਰੀਕਾ। ਰਸ਼ੀਆ ਜਿਹੜੇ ਹੈਗੇ ਨੇ ਉਹ ਚੰਗੇ ਲੋਕ ਹੈਗੇ ਨੇ, ਕਿ ਉੱਥੇ ਜਿਹੜੀ ਡਿਸਪੈਰਿਟੀ ਹੈ ਨਾ ਰਿਚ ਅਤੇ ਪੂਅਰ 'ਚ, ਅਤੇ ਫਰਕਾ ਜਿਹੜਾ ਅਮੀਰ ਅਤੇ ਗਰੀਬ ਬਹੁਤ ਘੱਟ ਹੈਗਾ, ਅਤੇ ਇਸ ਕਰਕੇ ਉਹ ਰੱਬ ਦੇ ਆਦਮੀ ਹੈਗੇ ਨੇ। ਅਤੇ ਉਹਨਾਂ ਨੇ ਫਿਰ ਜਿਹੜੇ ਨਾ ਜਿਹੜੇ ਮਜ਼ਲੂਮ ਹੈਗੇ ਉਹਨਾਂ ਦੀ ਮਦਦ ਕਰਨੀ ਹੈਗੀ ਰਸ਼ੀਆ ਨੇ, ਅਤੇ ਇਸ ਕਰਕੇ ਪ੍ਰੋ ਰਸ਼ੀਆ ਹੋ ਜਾਣਾ। ਅਤੇ ਉਦੋਂ ਫਿਰ ਜਿਹੜਾ ਨਾ ਜੂਆਂ ਨੂੰ, ਇਹ ਜਿਹੜੇ ਹੈਗੇ ਨੇ ਲੋਕਾਂ ਨੂੰ ਜਿਹੜੇ ਅਮੀਰ ਹੈਗੇ ਜੂ, ਇਹਨਾਂ ਨੂੰ ਫਿਰ ਮਾਰਨਾ ਸ਼ੁਰੂ ਕਰ ਦੇਣਾ ਮੁਲਕਾਂ 'ਚ, ਦੁਨੀਆਂ 'ਚ। ਜਦੋਂ ਮਾਰਨਾ ਸ਼ੁਰੂ ਕੀਤਾ ਇਹਨਾਂ ਨੇ, ਫਿਰ ਨੱਠਣਾ ਹੈਗਾ ਇਜ਼ਰਾਇਲ ਨੂੰ। ਜਦੋਂ ਇਜ਼ਰਾਇਲ ਨੂੰ ਨੱਠੇ, ਨਾਲ ਹੀ ਆਪਣਾ ਇਹਨਾਂ ਨੇ ਪੈਸਾ ਲੈ ਜਾਣਾ। ਜਦੋਂ ਪੈਸਾ ਲੈ ਗਿਆ ਤਾਂ ਉੱਥੇ ਪੈ ਜਾਣੇ ਬਹੁਤ ਝਗੜੇ, ਕਿ ਗਰੀਬੀ ਆ ਜਾਏਗੀ, ਗਰੀਬੀ ਆ ਗਈ ਤਾਂ ਫਿਰ ਲੋਕ ਆਪਸ ਵਿੱਚ ਮਰਨ ਲੁੱਟਣਗੇ। ਅਤੇ ਇਹ ਗੱਲਾਂ ਹੋਣ ਵਾਲੀਆਂ ਨੇ, ਅਤੇ ਤੁਸੀਂ ਹੁਣ ਜਰਾ
ਸਾਵਧਾਨ ਹੋ ਕੇ ਚੱਲੋ ਅਤੇ ਕੁਛ ਸਤਿਗੁਰੂ ਨਾਨਕ ਦੇਵ ਜੀ ਜੋ ਕੁਛ ਸਿੱਖਿਆ ਹੈਗਾ ਉਹ ਇਹਨਾਂ ਨੂੰ ਦੱਸੋ ਤਾਂ ਕਿ ਰਾਮ ਰਾਜੇ ਉੱਥੇ ਬਣੇ। ਅਤੇ ਜੇ ਨਹੀਂ ਕੋਈ ਸਿੱਖਿਆ ਤਾਂ ਫਿਰ ਪੱਗ ਬਣ ਕੇ ਮੈਂ ਸਿੱਖ ਹੈਗਾ ਸਿੱਖ ਹੈਗਾ ਅਤੇ ਨਾਨਕ ਦੇ ਨਰ ਅਸਲ ਕਰ ਜੇ ਬਿਨ ਗੁਣ ਗ੍ਰਭ ਗ੍ਰੰਥ। ਫਿਰ ਜਿੱਦਾਂ ਗਧੇ 'ਤੇ ਪੈਂਦੀਆਂ ਸੋਟੀਆਂ ਇੱਦਾਂ ਤੁਹਾਡੇ ਪੈਣੀਆਂ ਫਿਰ ਤਾਂ ਤੁਸੀਂ ਦੇਖੋਗੇ। ਅਤੇ ਇਸ ਕਰਕੇ ਇਸ ਜਿਹੜਾ ਤੁਸੀਂ ਵੈਸਟ 'ਚ ਆਏ ਹੈ ਇਹ ਤੁਸੀਂ ਖੁਦ ਬੜੇ ਖੁਸ਼ਕਿਸਮਤ ਹੈਗੇ ਹੈ ਕਿ ਤੁਸੀਂ ਇੱਥੇ ਪ੍ਰਚਾਰ ਕਰ ਸਕਦੇ ਹੈਗੇ ਅਤੇ ਕਰੋ ਵੀ। ਅਤੇ ਬਾਕੀ ਹੈਗਾ ਜਿਹੜੇ ਚੈਨਲ ਹੈਗੇ ਸਿੱਖ ਚੈਨਲ ਵਗੈਰਾ ਇੱਦਾਂ ਦੀ ਹੈਗੇ ਇਹਨਾਂ ਨੂੰ ਤਾਂ ਪੈਸੇ ਦੀ ਪਈ ਹੈਗੀ, ਇਹਨਾਂ ਨੂੰ ਕੋਈ ਪ੍ਰਚਾਰ ਦੀ ਥੋੜ੍ਹੀ ਹੈਗੀ। ਅਤੇ ਇਹਨਾਂ ਨੂੰ ਮੈਂ ਕਹਿੰਦਾ ਅਤੇ ਉੱਥੇ ਉਹ ਸਿੱਖ ਕੌਮ ਦਾ ਕਿਉਂ ਪ੍ਰਚਾਰ ਕਰਦੇ ਆ ਉੱਥੇ, ਕਹਿੰਦੇ ਆ ਸਿੱਖ ਦਾ ਪੰਥ ਹੈਗਾ, ਬਸ ਚੁੱਪ ਕਰ ਰਹਿੰਦੇ ਨੇ ਕਿਉਂ ਸਾਡਾ ਉਹ ਜਿਹੜੇ ਪੈਸੇ ਦੇਣ ਵਾਲੇ ਲੋਕ ਹੈਗੇ ਨੇ ਜਦੋਂ ਸਿੱਖ ਕੌਮ ਕਹਿੰਦੇ ਨਾ ਉਦੋਂ ਬੜੇ ਫੁੰਡਦੇ ਨੇ ਬੜੇ ਮੋਟੇ ਹੋ ਜਾਂਦੇ ਉਹਨਾਂ ਦੇ, ਪਰ ਜਦੋਂ ਛਿੱਤਰ ਪੈਂਦੇ ਨੇ ਉਦੋਂ ਹੀ ਪਤਾ ਲੱਗੂਗਾ। ਅਤੇ ਬਾਕੀ ਤੁਹਾਡੀ ਮਰਜ਼ੀ, ਅਤੇ ਬਾਕੀ ਦੁਨੀਆ ਦਾ ਤਾਂ ਫੀਰ ਹੈਗਾ ਉਹਦਾ ਅਗਲੇ ਸਾਲ ਹੈ ਦਸੰਬਰ ਦੇ ਐਂਡ 'ਚ ਜਿੱਦਾਂ ਕਿ ਮਾਇਨ ਕੈਲੰਡਰ ਹੈਗਾ ਸ਼ਾਇਦ ਉਹ ਠੀਕ ਸਹੀ ਨਿਕਲੇ। ਅਤੇ ਇਸ ਕਰਕੇ ਤੁਸੀਂ ਜੇ ਦੇਖੋਗੇ ਕਿ ਲੋਕਾਂ ਨੂੰ ਲੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਹੈਗਾ ਅਤੇ ਜੀਵ ਜਿਹੜੇ ਹੈਗੇ ਨੇ ਉਹ ਇਜ਼ਰਾਇਲ ਨੂੰ ਨੱਠਣ ਲੱਗ ਪਏ ਨੇ, ਤਾਂ ਤੁਸੀਂ ਸਮਝੋ ਵੀ ਉਹ ਐਟੋਮਿਕ ਵਾਰ ਆਉਣ ਵਾਲੀ ਹੈਗੀ, ਕੋਈ ਬਾਹਲਾ ਦੂਰ ਨਹੀਂ ਹੈਗੀ। ਅਤੇ ਬਾਕੀ ਅਕਾਲ ਪੁਰਖ ਨੂੰ ਪਤਾ ਹੈਗਾ ਉਸ ਸਮੇਂ ਦਾ, ਤਾਂ ਆਪਾਂ ਤਾਂ ਉਦਾਂ ਹੀ ਜੋ ਦੇਖ ਰਿਹਾ ਸੁਰਤੀ ਨਾਲ ਪੜ੍ਹ ਕੇ ਦੱਸ ਰਹੇ ਹੈਗੇ ਹਾਂ ਵੀ ਆਹ ਸਮੇਂ ਦੀ ਹੈਗੀ ਚਾਲ, ਇਹਦੇ ਤੋਂ ਬਚ ਕੇ ਰਹੋ। ਅਤੇ ਬਾਕੀ ਰਾਮ 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 ਕਿਹਾ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਤਾਂ ਇਹ ਹੈਗੇ ਨੇੜੇ ਗਧੇ ਖਾਲਸੇ ਉਹ ਕਹਿੰਦੇ ਹੁੰਦੇ ਨੇ ਕਿ ਉਹ ਖਾਲਸਾ ਜਿਹੜਾ ਅਸਲੀ ਹੁੰਦਾ ਉਹਨੇ ਤਾਂ ਸਿਰ ਦਿੱਤਾ ਹੁੰਦਾ ਆਪਣਾ, ਉਹ ਘਰਾਂ 'ਚ ਨਹੀਂ ਰਹਿੰਦਾ ਜਿੱਦਾਂ ਇਹ ਹੈਗੇ ਨੇ। ਪਿੱਛੇ ਮੈਂ ਉਹਨੂੰ ਕਿਹਾ ਸੀਗਾ ਸਿੱਖ ਚਾਨਣ ਵਾਲੇ ਨੂੰ ਵੀ ਉਹਨਾਂ ਦੇ ਪੰਜਾਂ ਦੇ ਸਿਰ ਸਰੇ ਸ਼ਰੇਆਮ ਲਾਏ ਸੀਗੇ ਸਟੇਜ 'ਤੇ, ਉਹ ਜਿਹੜਾ ਤੰਬੂ 'ਚ ਲੈ ਕੇ ਕੋਈ ਜਾਂਦਾ ਚੋਰ ਕਰਦਾ ਕੰਮ। ਅਤੇ ਜਦੋਂ ਇਹ ਕਿਹਾ ਤਾਂ ਫਿਰ ਕਹਿੰਦੇ ਨਹੀਂ ਜੀ ਅਸੀਂ ਤਾਂ ਉਹੀ ਪ੍ਰਚਾਰ ਕਰਨਾ ਜਿਹੜੇ ਕਿਤਾਬਾਂ 'ਚ ਲਿਖਿਆ ਆ। ਗਿਆਨੀ ਉਹ ਜੋ ਆਪ ਵਿਚਾਰੇ, ਇਹ ਥੋੜ੍ਹੇ ਗਿਆਨੀ ਹੈਗੇ ਨੇ, ਇਹ ਤਾਂ ਹੈਗੇ ਨੇ ਚਮਚੇ ਹੈਗੇ ਨੇ ਕਿਤਾਬਾਂ ਦੇ। ਅਤੇ ਪ੍ਰਚਾਰ ਜਿਹੜਾ ਕੀ ਕਰਦੇ ਨੇ ਸਾਰਾ ਕੂੜ ਦਾ, ਕੂੜ ਡੋਬੇ ਪੂਰ, ਫਿਰ ਪੂਰ ਹੀ ਡੁੱਬਣਗੇ। ਅਤੇ ਜੇ ਸੱਚ ਸੱਤ ਬੋਲੋਗੇ ਜਿੱਥੇ ਵੀ ਜਾ ਕੇ ਬੈਠੋਗੇ ਉੱਥੇ ਰਾਮ ਰਾਜੇ ਹੋਵੇਗਾ। ਰਾਮ ਰਾਜੇ ਹੋਣਾ ਰਾਜ ਰਾਮ ਜੀ ਕਹਿੰਦਾ ਰੋਇਲ ਕਿੰਗਡਮ ਆਫ ਗੋਡ, ਠੀਕ ਹੈ ਨਾ। ਅਤੇ ਬਾਕੀ ਵਾਹਿਗੁਰੂ ਕਿਸੇ ਦਾ ਨਾਂ ਨਹੀਂ ਹੈਗਾ, ਵਾਹਿਗੁਰੂ ਹੈਗਾ ਜੇ ਤੁਸੀਂ ਪ੍ਰਚਾਰ ਜਦੋਂ ਕਰੋਗੇ ਤੁਹਾਡੀ ਵਾਹਵਾ ਹੋਏਗੀ ਅੰਤਰ ਸਤਿਗੁਰੂ ਦੀ, ਉੱਥੇ ਹੈਗਾ ਫਿਰ ਵਾਹਿਗੁਰੂ ਬੈਠਾ ਅੰਦਰ। ਅਤੇ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਵਾਹਿਗੁਰੂ ਨਹੀਂ ਬਣ ਜਾਂਦਾ ਹੈਗਾ, ਇਹ ਕਿਸੇ ਨਾ ਅਕਾਲ ਪੁਰਖ ਦਾ ਨਾਂ ਹੈਗਾ ਅਤੇ ਨਾ ਹੀ ਕਿਸੇ ਰੱਬ ਰੂਪ ਦੁਆਰਾ ਨਾਂ ਹੈਗਾ, ਇਹ ਤਾਂ ਵਾਹਵਾ ਹੈਗੀ ਸਤਿਗੁਰੂ ਦੀ। ਅਤੇ ਬਾਕੀ ਅੱਲਾ ਦੀ ਮਰਜ਼ੀ,